ਪਟਿਆਲਾ ਦੇ ਸਨੌਰ ਰੋਡ 'ਤੇ ਸਥਿਤ ਸਬਜ਼ੀ ਮੰਡੀ ਦੇ ਵਿੱਚ ਰੇਹੜੀਆਂ ਲਗਾਉਣ ਵਾਲੀ ਥਾਂ ਨੂੰ ਮੰਡੀ ਬੋਰਡ ਵੱਲੋਂ ਪ੍ਰਾਈਵੇਟ ਠੇਕੇ 'ਤੇ ਦਿੱਤਾ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਰੇਹੜੀ ਠੇਲੇ ਵਾਲਿਆਂ ਨੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ। ਇਸ ਧਰਨੇ ਦਾ ਫਰੂਟ ਸਬਜ਼ੀ ਦੇ ਥੋਕ ਵਪਾਰੀਆਂ, ਆੜ੍ਹਤੀਆਂ ਅਤੇ ਯੂਨੀਅਨ ਵੱਲੋਂ ਵੀ ਸਮਰਥਨ ਕੀਤਾ ਗਿਆ। ਜਿਹੜੀ ਇਹ ਫਰਜ਼ ਯੂਨੀਅਨ ਨੇ ਠੇਕੇਦਾਰੀ ਸਿਸਟਮ 'ਤੇ ਪ੍ਰਾਈਵੇਟ ਕਰ ਕੀਤਾ ਜਾ ਰਿਹਾ ਇਹਨਾਂ ਨੂੰ ਫੜ ਵਾਲਿਆਂ ਨੂੰ, ਅਤੇ ਤੁਸੀਂ ਅੱਜ ਆੜ੍ਹਤੀ ਹੋ ਕੇ ਕਿੱਦਾਂ ਦਾ ਸਮਰਥਨ ਕਰਦੇ ਹੋ ਇਹਨਾਂ ਦਾ? ਅਸੀਂ ਚੇਅਰਮੈਨ ਤਰਨਜੀਤ ਸਿੰਘ ਬਿੱਲਾ ਭਾਟੀਆ ਜੀ, ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀਰਵਾਜ ਅਤੇ ਸਾਰੇ ਸਮੂਹ ਆੜ੍ਹਤੀ ਐਸੋਸੀਏਸ਼ਨ ਟੋਟਲ ਫੜੀ ਵਾਲਿਆਂ ਦੇ ਨਾਲ, ਮਾਸ਼ਾਖੋਰਾਂ ਦੇ ਨਾਲ ਖੜੀ ਹੈ। ਅਸੀਂ ਨਹੀਂ ਚਾਹੁੰਦੇ ਕਿ ਮੰਡੀ ਦੇ ਵਿੱਚ ਫਿਰ ਗੁੰਡਾਗਰਦੀ ਹੋਵੇ, ਜਿਸ ਦੇ ਨਾਲ ਮਾਹੌਲ ਖਰਾਬ ਹੋਵੇ। ਇੱਕ 200 ਤੋਂ 300 ਰੁਪਏ ਰੋਜ਼ ਕਮਾ ਕੇ ਲਿਜਾਣ ਵਾਲਾ ਬੰਦਾ 100 ਤੋਂ 200 ਰੁਪਈਏ ਕਿੱਥੋਂ ਦੇ ਦੇਗਾ ਜੀ? ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜਗ੍ਹਾ ਦਾ ਹਿਸਾਬ ਲਾਉਣਾ ਵੀ ਅਸੀਂ ਤਾਂ ਬਈ 4x4 ਹੀ ਦੇਣੀ ਹੈ, ਜਿਹਦੇ ਵਿੱਚ ਇੱਕ ਬੋਰੀ ਆਲੂ ਨਹੀਂ ਲੱਗਦਾ ਅਤੇ ਇੱਕ ਬੋਰੀ ਮਟਰ ਦੀ ਨਹੀਂ ਲੱਗਦੀ। ਉਸ ਤੋਂ ਬਾਅਦ ਹੋਰ ਪੰਗੇ ਪਾਉਣ ਦੀਆਂ ਤਿਆਰੀਆਂ ਹੋਣਗੀਆਂ ਜੀ। ਮੰਡੀ ਦੇ ਵਿੱਚ ਬਦਮਾਸ਼ੀ ਹੋਏਗੀ, ਜੋ ਅਸੀਂ ਬਦਮਾਸ਼ੀ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਜਿਸ ਹਿਸਾਬ ਨਾਲ ਚੱਲ ਰਿਹਾ, ਬਿਨਾਂ ਸ਼ੈੱਡ ਬਣਾਏ ਬੰਦੇ 1000 ਰੁਪਈਏ ਗੌਰਮੈਂਟ ਨੂੰ ਦੇ ਰਹੇ ਨੇ ਪਰਚੀ ਕਟਾ ਕੇ। ਇਹਨਾਂ ਕੋਲ ਪਰਚੀਆਂ ਹੋਣੀਆਂ, ਸਾਰੇ ਤੁਹਾਨੂੰ ਪਰਚੀਆਂ ਦਿਖਾਉਣਗੇ, ਜਿਹੜੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਪਰਚੀਆਂ ਲਓ ਆਪਣੀਆਂ ਵੀ। ਹਾਂਜੀ, ਸਾਰੇ ਪਰਚੀਆਂ ਦਿਖਾਉਣਗੇ ਜੀ। ਅਸੀਂ ਨਹੀਂ ਚਾਹੁੰਦੇ ਕਿ ਗੁੰਡਾ ਟੈਕਸ ਲੱਗੇ ਉਹਨੇ। ਹੁਣ ਜਿਵੇਂ ਕੱਲ੍ਹ ਇਹ ਮੀਟਿੰਗ ਕਰਕੇ ਆਏ ਨੇ ਮੈਂ ਦੇ ਵਿੱਚ, ਉੱਥੇ ਉਹਨਾਂ ਨੇ ਆਸ਼ਵਾਸਨ ਦਵਾਇਆ ਵੀ ਅਸੀਂ ਅਸੀਂ ਕਰ ਰਹੇ ਹਾਂ ਆਪਣਾ ਜਿਹੜਾ ਮੰਡੀ ਬੋਰਡ ਆ ਜੀ, ਉਹ ਸਾਡੀ ਮੰਡੀ ਖਰੀਦ ਆਪਣਾ ਫੜੀ ਸ਼ੋਅ ਟਿੱਕਾ ਕਰ ਰਹੇ ਪ੍ਰਾਈਵੇਟ, ਜਿਹੜੀ ਹੁਣ 50 ਰੁਪਏ ਪਰਚੀ ਕਰਦੇ ਪ੍ਰਾਈਵੇਟ ਹੋਣ ਤੋਂ ਬਾਅਦ 150-200 ਰੁਪਏ ਪਰਚੀ ਕਰ ਦਿੰਦੇ ਹਾਂ ਜੀ, ਜਿਹੜੀ ਅਸੀਂ ਹੋਰ ਨਹੀਂ ਦੇਣੀ। ਪ੍ਰਾਈਵੇਟ ਹੋਣ ਤੋਂ ਬਾਅਦ ਮੰਡੀ 'ਚ ਗੁੰਡਾਗਰਦੀ ਵੱਧ ਜਾਣੀ ਹੈ ਜੀ, ਠੀਕ ਹੈ ਜੀ। ਨਵੇਂ ਤੋਂ ਨਵੇਂ ਸਾਜ਼ਿਸ਼ ਆਉਣਗੇ ਜੀ, ਜਿਹੜੀ ਅਸੀਂ ਹੋਣ ਨਹੀਂ ਦੇਣਾ। ਜਗ੍ਹਾ ਉਹਨਾਂ ਨੇ ਆਪਣੇ ਹਿਸਾਬ ਨਾਲ ਦੇਣੀ ਹੈ ਜੀ, ਜਿਹੜਾ ਠੇਕਾ ਪ੍ਰਾਈਵੇਟ ਠੇਕਾ ਉਹਨਾਂ ਨੇ ਆਪਣੇ ਬੰਦਿਆਂ ਨੂੰ ਕਿੱਥੇ ਦੇ ਦੇਣਾ। ਜਿਹੜਾ 50 ਰੁਪਏ ਜਿਹੜੀ 50 ਰੁਪਏ ਪਰਚੀ ਜੀ, ਇਹ 150 ਤੋਂ 200 ਰੁਪਏ ਪਰਚੀ ਕਰ ਦਿੰਦੀ ਇਹਨਾਂ ਨੇ। ਜਿਹੜਾ 200-300 ਰੁਪਏ ਫੜੀ ਵਾਲਾ ਕਮਾਉਣ ਵਾਲਾ, ਇਹ ਰੂਪ 200-250 ਨਹੀਂ ਪਾ ਸਕਦਾ। ਸਾਰੀ ਮੰਡੀ ਠੇਕੇ ਦੇ ਰਹੇ ਪ੍ਰਾਈਵੇਟ, ਸਾਰੀ ਮੰਡੀ ਫੜੀ ਉਸ ਠੇਕੇ ਪ੍ਰਾਈਵੇਟ ਠੇਕੇ ਚੜਾ ਰਹੇ, ਰੇਹੜੀ ਫੜੀਆਂ ਠੇਕੇ ਚੜਾ ਰਹੇ ਜੀ, ਜਿਹੜਾ ਅਸੀਂ ਵਿਰੋਧ ਕਰਦੇ ਹਾਂ ਜੀ। ਹੁਣ ਕਿੰਨੀ ਪਰਚੀ ਕੱਟ ਰਹੀ ਤੁਹਾਡੀ? ਹੁਣ 50 ਰੁਪਏ ਪਰਚੀ ਕੱਟ ਰਹੇ ਜੀ। ਅੱਛਾ, 4 ਸਾਲ ਹੋ ਗਏ ਜੀ। ਜਿਸ ਜਗ੍ਹਾ ਦੀ ਇਹ ਪਰਚੀ ਕੱਟ ਵੀ ਰਹੇ ਨੇ ਜੀ, ਉਹ ਵੀ ਜਗ੍ਹਾ ਪੁੱਛੋ ਉਹਨਾਂ ਦੀ ਹੈ ਜੀ। ਅਸੀਂ ਫੜੀ ਆੜ੍ਹਤੀਆਂ ਦੀ ਦੁਕਾਨਾਂ ਦੇ ਬਾਹਰ ਬੈਠੇ ਹਾਂ, ਜਿਹਦੀ ਪਰਚੀ ਬਣਦੀ ਹੋਣੀ ਜੀ। 4 ਸਾਲ ਹੋ ਗਏ ਸਾਨੂੰ ਉਹਨਾਂ ਨੇ ਮਿੱਠੇ ਲਾਰੇ ਲਾਉਂਦੇ ਨੂੰ ਕਿ ਤੁਹਾਡੀ ਫੜੀਆਂ ਬਣ ਰਹੀਆਂ ਨੇ, ਉਹ ਸ਼ੈੱਡ ਪੈਣਗੇ ਹੋਰ ਪੈਣਗੇ। 4 ਸਾਲ ਤੋਂ ਸਾਡੇ ਲਈ ਪੈਸੇ ਇਕੱਠੇ ਕਰ ਰਹੇ ਨੇ, ਪਰ ਅੱਜ ਤੱਕ ਉਹਦੀ ਕੋਈ ਸੁਣਵਾਈ ਨਹੀਂ ਹੋਈ ਜੀ। ਪਰ ਹੁਣ ਜਿਹੜੇ ਪ੍ਰਾਈਵੇਟ ਠੇਕੇ ਚੜਾ ਰਹੇ ਨੇ, ਅਸੀਂ ਪੁੱਛਦੇ ਹਾਂ ਵੀ ਚੜਾ ਕਿਹੜੀ ਜਗ੍ਹਾ ਰਹੇ ਹੋ? ਇਹ ਤਾਂ ਆੜ੍ਹਤੀਆਂ ਜੀਵ ਦੁਕਾਨਾਂ, ਅਸੀਂ ਬਾਹਰ ਬੈਠੇ ਹਾਂ। ਮੰਡੀ ਬੋਰਡ ਕੀ ਆਪਣੀ ਫੜੀ ਵਗੈਰਾ ਕੋਈ ਜਗ੍ਹਾ ਕੁਛ ਨਹੀਂ? ਕੋਈ ਜਗ੍ਹਾ ਨਹੀਂ ਬਣੀ ਹੋਈ, ਕਾਂਟਰ ਬਣਿਆ ਹੋਇਆ। ਕੋਈ 4 ਸਾਲ ਹੋ ਗਈ ਲਾਰਾਂ ਦੇ, 5 ਸਾਲ ਮੰਡੀ ਜਾਂਦੀ ਹੋਈ ਹੋਵੇ। ਕੋਈ ਸ਼ੈੱਡ ਨਹੀਂ ਬਣਿਆ, ਕੋਈ ਲੈਟ ਦਾ ਪ੍ਰਬੰਧ ਨਹੀਂ, ਕੋਈ ਛੱਤਰੀ ਇਹਨਾਂ ਨੇ ਛੱਡ ਕੇ ਪਾਣੇ ਨੇ, ਝੂਰੇ ਫੜੀਆਂ ਤੋਂ ਛੱਤਰੀ ਲਾਉਣ ਵੀ ਨਹੀਂ ਦਿੰਦੇ। ਜਿਹੜੇ ਹੈਗੇ ਰੇਹੜੀ ਫੜੀਆਂ ਦੇ 100-200-300 ਕਮਾਉਂਦੇ ਨੇ, ਕੋਈ ਲੁੱਟਾਂ ਫੁੱਟਾਂ ਦੇ ਹੈ ਨਹੀਂ। ਸਬਜ਼ੀਆਂ ਕਿਸਾਨਾਂ ਦੇ 90% ਮਾਲ ਰੇਹੜੀ ਫੜੀਆਂ ਲਈ ਚੱਕਦੇ ਨੇ। ਜੇ ਵਿਚਾਰਿਆਂ ਨੇ ਪ੍ਰਾਈਵੇਟ ਹੋ ਗਿਆ, ਪ੍ਰਾਈਵੇਟ ਦਾ ਕੀ ਹੈ? ਅਗਲੇ ਨੇ ਪੈਸੇ ਪੂਰੇ ਕਰਨੇ ਨੇ, ਕਿਸੇ ਤਰੀਕੇ ਪੂਰੇ ਕਰਨੇ ਨੇ। ਭਾਵੇਂ 100 ਰੁਪਏ ਕਰ ਸਕਦਾ, 150 ਕਰ ਸਕਦਾ, 200 ਵੀ ਕਰ ਸਕਦਾ, 300 ਵੀ ਕਰ ਸਕਦਾ, ਉਹਦਾ ਕੀ? ਉਹਨੇ ਆਪਣੇ ਪੈਸੇ ਪੂਰੇ ਕਰਨੇ ਨੇ। ਉਹ ਕਹਿੰਦਾ ਵੱਧ ਤੋਂ ਵੱਧ ਇਕੱਠੇ ਕਰਾਂ, ਮੁੰਡਾ ਰਾਜ ਜਗ੍ਹਾ ਦੇਖਣੀ, ਮੈਂ ਇੰਨੀ ਦਵਾਂਗਾ ਤੈਨੂੰ, ਉੰਨੀ ਦਵਾਂਗਾ। ਇਹ ਵੀ ਜਿਹੜੇ ਬੈਠੇ ਨੇ, ਕੋਈ ਛੱਤਰੀ ਦੇ ਥੱਲੇ ਨਹੀਂ ਬੈਠੇ ਪੰਜਾਬ ਮੰਡੀ, ਇਹਦੇ ਦੁਕਾਨਾਂ ਦੇ ਅੱਗੇ ਕੀ ਜਿੱਥੇ ਅਧਿਕਾਰੀਆਂ ਨਾਲ ਗੱਲ ਹੋਈ ਤੁਹਾਡੀ? ਇਹ ਮੰਡੀ ਬੋਰਡ ਦੇ ਜਾ ਕੇ ਆਏ ਨੇ, ਪਹਿਲਾਂ ਪ੍ਰਸ਼ਾਸਨ ਨੂੰ ਜਾ ਕੇ ਕੋਈ ਗੱਲ ਮੰਡੀ ਨਹੀਂ ਇਹਨਾਂ ਦੀ, ਅੱਜ ਲਿਖ ਕੇ ਦੇ ਕੇ ਆ ਰਹੇ ਨੇ। ਇਹ ਹੁਣ ਇਹਨਾਂ ਨੇ ਆਪਣਾ ਰੇਹੜੀ ਫੜੀ ਵਾਲੇ ਨੇ ਅੱਜ ਆਪਣੀ ਮੀਟਿੰਗ ਕਰਕੇ ਕਹਿੰਦੇ ਅੱਜ ਅਸੀਂ ਅੱਜ ਸ਼ਾਮ ਤੋਂ ਮਿੱਥੇ ਸਮੇਂ ਦੀ ਹੜਤਾਲ 'ਤੇ ਜਾ ਰਹੇ ਹਾਂ। ਜੇ ਹੜਤਾਲ ਦੇ ਕਿਸਾਨਾਂ ਦਾ ਮਾਲ ਇਹਨਾਂ ਨੇ ਖਰੀਦਣਾ ਹੈ, ਅਸੀਂ ਆੜ੍ਹਤੀ ਕੋਈ ਨਹੀਂ ਖਰੀਦਦਾ। ਆੜ੍ਹਤੀਆਂ ਨੇ ਆੜ੍ਹਤ ਲੈਣੀ ਆਪਣੀ, 5% ਆੜ੍ਹਤ ਲੈਣੀ, 4% ਜਿਹੜੀ 2% RDF ਅਤੇ 2% ਮਾਰਕੀਟ ਫੀਸ ਹੋਲ ਲੈਣੀ। ਫੜੀਆਂ ਨੇ ਆਪਣੇ ਮੰਡੀ 'ਚ, ਮੰਡੀ 'ਚ 400 ਫੜੀ, ਘੱਟੋ ਘੱਟ 300-400 ਫੜੀ ਹੈ ਜੀ ਰੇਹੜੀ ਫੜੀ। ਜੇ ਇਹ ਮਾਲ ਖਰੀਦੇ 90% 10% ਬਾਹਰ ਜਾਂਦਾ ਮਾਲ ਮੰਡੀ 'ਚੋਂ, 90 ਇਹ ਨਹੀਂ ਖਰੀਦਣਗੇ ਮਾਲ, ਕਿਸਾਨਾਂ ਦਾ ਖਰਾਬ ਹੋਏਗਾ। ਮੰਡੀ ਬੋਰਡ ਲਈ ਕਹਿੰਦੇ ਸਰ, ਉਹਨੇ ਗੱਲਬਾਤ ਕਰੀ ਇਹ ਗੱਲਬਾਤ ਕੋਈ ਹੋ ਰਹੀ ਹੈ, ਕੁਝ ਕਰਨਗੇ ਜੀ ਨਹੀਂ ਜਾਣਗੇ, ਤਾਂ ਬਿਲਕੁਲ 4 ਵਜੇ ਤੋਂ ਬਾਅਦ ਅਣਮਿੱਥੇ ਸਮੇਂ ਹੜਤਾਲ 'ਤੇ ਜਾ ਰਹੇ ਨੇ।